मेरा कुत्ता आ गया। ओ भाई जोत आ गया सी मेरे घरे ते हुण जा रहे हां हुण जोत दे पिंड रकोली। सारिआं नूं वेलकम टू माय यूट्यूब चैनल व्लॉग्स विद कीरत। हां जी तुहानूं दिखाने आ अज इक होर सरप्राइज विजिट ते मेरा फ्रेंड आया जी प्रभजोत सिद्धू आया उस 4.5 साल बाद आया सीगा। पहला मेरे को आया तो चाह पानी पी के फिर असी उहदे घर गए सीगे ते बाकी तुसी सारा कुछ वीडियो च इंजॉय करियो। ओ आपां वीडियो शुरू करदे आ जदों मेरे घर आ गया सी। इंजॉय करो जी वीडियो ते नाल बने रहो वीडियो बहुत सोहणी आ। फाइनली कितने साल बाद आए जो 4.5 साल साढ़े चार साल जोत आ गया सी मेरे घरे ते हुण जा रहे हां हुण जोत दे पिंड रकोली। ते जोत भाई कुछ फीलिंग हो रही है कोई? पहला सेफ्टी फर्स्ट, सेफ्टी फर्स्ट बेल्ट लानी जरूरी है। कनेडा वाले पूरे रूल फॉलो किए जा रहे ने ते भाई सफर वधिया रहा जोत? बड़ा घैंट यार सफर, घैंट रहा ते ड्राइवरी करन लग गया मुंडा हुणे आ गए। सीधा ध्यान नाल करी भाई उसे पता नहीं लगता कदों ओवरटेक करे कोई। मैं स्कूटर ही वॉच कर रहा अपने 360 नाल। ठीक है जी ठीक है। कुछ फीलिंग आ रही ब्रो? कोई इमोशनल फीलिंग कुछ घर देखना अपना इतनी देर बाद कुछ नहीं और मौके दे सरप्राइज आ गया। सरप्राइज आ गया, सरप्राइज ते जलूगा नाल बने रहो पूरी सरप्राइज विजिट आज अपनी कनाडा टू इंडिया भाई दी 4.5 साल बाद ते नजारा पूरा आने वाला ते देखदे की रिएक्शन हुंदा घरदियां दा ते कुछ कहना होवे जो तो भाई नहीं उथे जाके देखेंगे। ਕਰੇ ਪਹੁੰਚਣ ਵਾਲੇ ਆ ਬਸ ਥੋੜੀ ਦੇਰ ਦਾ ਕਹਿੰਦਾ ਪਿੰਡ ਆ ਜਾਣਾ ਤੇ ਘਰ ਜਾਂਦੇ ਆ ਰਿਐਕਸ਼ਨ ਦੇਖਦੇ ਆ। ਹੌਲੀ ਹੋ ਰੱਖ ਜੋ ਜੇ ਕੇਸ ਪੈ ਕੇ ਜਾ ਵੀ ਨਹੀਂ ਹੋਣਾ। ਖੇਤਾਂ ਨੂੰ ਵੀ ਭੱਜ ਲੈਣਾ ਬਣ ਗਿਆ ਤਾਂ ਉਹ ਤਾਂ ਬਾਪੂ ਇਮੋਸ਼ਨਲ ਹੋਊਗਾ ਨਾ ਉਹ ਹੱਸੂਗਾ ਮਜ਼ਾਕ ਕਰੂਗਾ ਕੋਈ ਨਾ ਕੋਈ। मेरा मोस्टली मेरा बेबे होगी मेरी आंटी होगी। अच्छा हाँ बाकी हूँ राणा सुता पा होगा उन्होंने मतलब ठाण लग पैना मन च तो यही घूम रहा होना भी भाई की रिएक्शन होगा ना कम से यार शिफ्ट ला रहा। आओ मैंने सवेरे सवेरे मैसेज आया राणे का पहला मैंने शक हो राणे का मैसेज आया इन्हें पता तो नहीं लग गया कहते किधर मैं उन्होंने मैसेज कराया काम दे भाई मैं बीजी है बाद गल कर देखते ਬਈ ਕਰਦਿਆਂ ਨੂੰ ਸੀਗਾ ਵੀ ਇਹ ਕੰਮ ਤੇ ਹੈ ਤੇ ਹੁਣ ਸਿੱਧਾ ਹੁਣ ਜੋਤ ਨੇ ਐਂਟਰੀ ਮਾਰਨੀ ਉਹ ਸਾਹਮਣੇ ਆ ਗਿਆ ਘਰ ਦਿਖਾਨੇ ਆ ਤੁਹਾਨੂੰ। ਆ ਪੁਰਾਣਾ ਘਰ ਹੈ ਬਈ ਜੋਤ ਉਹਨਾਂ ਦਾ ਐਦੀ ਦੇ ਦਰਸ਼ਨ ਕਰ ਲਓ। ਗੱਡੀ ਲਾ ਲੈ ਪਹਿਲਾਂ ਗੱਡੀ ਲਾ ਲੈ ਪਹਿਲਾਂ ਵੇਖ ਦੇਖ ਲੈ आ गया जी आ गया। दिल तक तक कर रहा होना तक तक पूरा पूरा है ना मैं करदा ना देख दरवाजा खुला कि नहीं निकलो बाहर भाई जी निकलो।
आ गया जी, आ गया। मेरा कुत्ता आ गया। ਰਾਣਾ ਕਿੱਥੇ ਸੀ? ਦਾਸ ਤਾਂ ਵੀ ਫੜ ਜਾਣ ਮੈਠਾ ਆ। ਫੜਿਆ ਕਿੱਥੇ? ਅਸੀਂ ਕਾ ਜੀ। ਬੰਦੇ ਬੰਦੇ ਰਾਣੇ ਦੀ ਅੱਖ ਤੋਂ ਮੈਂ ਦੇਖ ਲਈਏ ਮੈਂ ਡਾਕਾ ਮਾਰਿਆ ਨਾ ਦੇਖ ਕੇ ਗਿਆ ਕਹਿ ਗਿਆ ਚੱਕ ਹੁੰਦਾ ਨਾ ਚੈਕਿੰਗ ਚੱਲ ਰਹੀ ਸੀ ਮੈਂ ਚੱਕਣੇ ਸਾਰਾ ਕੁਝ ਤੁਹਾਡਾ ਕਿੱਦਾਂ ਰਾਣੀ ਕੀ ਹਾਲ ਆ ਬਾਈ? ਵਧੀਆ ਜੀ ਵਧੀਆ। ਅੱਗੇ ਦੋ ਚੀਜ਼ਾਂ ਦਾ ਜਾਣਾ ਚਾਹ ਸੀਗਾ, ਇੱਕ ਟਰੈਕਟਰ ਦਾ ਤੇ ਇੱਕ ਆਪਣਾ ਪੁਰਾਣਾ ਘਰ ਦੀ ਜੋ ਪੁੱਤ ਹੈ ਕਿਹੜੇ ਸਾਲ ਦੀਆਂ ਦੇਖੀ ਲੋਕ ਕਿਵੇਂ ਦਾ ਜੋ ਪੁਰਾਣੇ ਟਾਈਮ ਵਾਲਾ ਟੰਗੇ ਹੋਏ ਕੈਲੰਡਰ ਉੱਨੀ ਦੇ ਵਿੱਚ ਆਈ ਥਿੰਕ ਮੂਵ ਹੋ ਗਿਆ ਤਾਂ ਹੀ ਇਹਨਾਂ ਦਾ ਉੱਨੀ ਵਾਲਾ ਕੈਲੰਡਰ ਪਿਆ। ਆਹ ਪੁਰਾਣੇ ਘਰ ਦੀ ਰਸੋਈ ਸੀਗੀ ਨਾ, ਇਤਿਹਾਸਕ ਰਸੋਈ ਹੈ, ਇਤਿਹਾਸਕ ਰਸੋਈ ਹੈ, ਸਹੀ ਗੱਲ, ਚੁੱਲ੍ਹਾ ਵੀ ਹੈਗਾ ਮੇਰੇ ਕੋਲ, ਕੈਨੇਡਾ ਚ ਵੀ ਇਹਦੇ ਨਾਲ ਆਹ ਕਮਰੇ ਚ ਜੋ ਤਾਂ ਆਪਾਂ ਕਦੇ ਬੈਠ ਕੇ ਉਹਦੇ ਪੜਦੇ ਪੜਦੇ ਹੁੰਦੇ ਕੈਰਮ ਬੋਰਡ ਦੇ ਪੜਦੇ ਘੱਟ ਆਈ ਜਿਹੜਾ ਤੁੰਦਾ 4 ਸਾਲਾਂ ਬਾਅਦ ਬਹੁਤ ਚੇਂਜ ਲੱਗ ਰਿਹਾ ਹੋਣਾ ਕਿ ਨਹੀਂ ਕੈਰਮ ਬੋਰਡ ਦੇ ਪੜਦੇ ਘੱਟ ਆਈ ਜਿਹੜਾ ਤੁੰਦਾ 4 ਸਾਲਾਂ ਬਾਅਦ ਬਹੁਤ ਚੇਂਜ ਲੱਗ ਰਿਹਾ ਹੋਣਾ ਕਿ ਨਹੀਂ ਆਦੀ ਸੰਭਾ ਜੀ ਮੈਂ ਪੱਗ ਬੰਨੇ ਕਰਦਾ ਚੜੀ ਨਾਲ ਆ ਮੈਂ ਜੋੜਿਆ ਹੁੰਦਾ ਟੇਪਾ ਲਾ ਲਾ ਕੇ ਆਪਣਾ ਵੱਡਾ ਵੀਰ ਆਇਆ ਜੀ ਕੈਨੇਡਾ ਤੋਂ, ਸਰਪ੍ਰਾਈਜ਼ ਵਿਜ਼ਿਟ ਹੋਈ ਹੈ ਆਪਣੇ ਵੀਰ ਦੀ ਆਪਣੇ ਦੀ ਸਾਢੇ 4 ਸਾਲਾਂ ਬਾਅਦ ਬਹੁਤ ਵਧੀਆ ਰਹੀ ਸਰਪ੍ਰਾਈਜ਼ ਵਿਜ਼ਿਟ। ਤੇ ਪਹਿਲਾਂ ਮੇਰੇ ਕੋਲ ਆ ਗਿਆ ਸੀਗਾ ਜੋਤ ਪਿੰਡ, ਫਿਰ ਅਸੀਂ ਇੱਕੇ ਟਾਈਮ ਆ ਗਏ, ਸਰਪ੍ਰਾਈਜ਼ ਕੀਤਾ ਤੇ ਸਾਰੇ ਬਹੁਤ ਖੁਸ਼ ਹੋਏ ਹਨਾ। ਤੇ ਰਾਣੀ ਤੂੰ ਖੁਸ਼ ਹੈ? ਬਾਕੀ ਜਿਹੜਾ ਨਵਾਂ ਛਾਪਾ ਪਿਆ ਉਹ ਲੱਗ ਤੇ ਜਿਹੜਾ ਸੁੱਤੇ ਪਏ ਦੇ ਕਹਿੰਦੇ ਨੇ ਸਾਜਰੇ ਉੱਠੇ ਹੋਏ, ਸਾਜਰੇ ਉੱਠਦੇ ਅਸੀਂ ਹਾਂ ਉਹ ਮਿਲ ਗਿਆ ਸਾਡਾ ਬਸ ਛਾਪਾ ਪਿਆ ਲੱਗ ਸਾਰੇ ਸੁੱਤੇ ਪਏ ਰਹਿੰਗੇ ਤੇ ਮੈਂ ਸਾਜਰੇ ਗੁਰਦੁਆਰੇ ਜਾਣਾ।
ਤੇ ਬਾਈ ਬਹੁਤ ਵਧੀਆ ਰਿਹਾ ਤੇ ਆਪਣੇ 4-5 ਯਾਰ ਦੋਸਤ ਖਾਸ ਨੇ ਕੈਨੇਡਾ 'ਚ ਜਿਹੜੇ ਹੈਗੇ ਨੇ ਤੇ ਉਹਨਾਂ ਵਿੱਚੋਂ ਬਾਈ ਆਪਣਾ ਭਰਾ ਇੱਕ ਹੈ ਦੋਸਤ ਵੀ ਕਹਦੇ ਅਸੀਂ ਭਰਾਵਾਂ ਵਾਂਗੂ ਰਹਿੰਦੇ ਹਾਂ ਕਿਸੇ 'ਤੇ ਵੀ ਕੋਈ ਪ੍ਰੋਬਲਮ ਆਵੇ ਬਹੁਤ ਪਿਆਰ ਆ ਸਾਡੇ 'ਚ ਅਤੇ ਰੱਬ ਸੁੱਖ ਰੱਖੇ ਇੱਦਾਂ ਹੀ ਬਣਿਆ ਵੀ ਰਹੇ ਅਤੇ ਥੈਂਕ ਯੂ ਜੀ ਤੁਹਾਡਾ ਵੀਡੀਓ ਦੇਖਣ ਲਈ ਅਤੇ ਅਸੀਂ ਤਾਂ ਹੁਣ ਲੈਣੇ ਨੇ ਇੰਡੀਆ ਦੇ ਨਜ਼ਾਰੇ ਅਤੇ ਤੁਸੀਂ ਕੈਨੇਡਾ ਤਾਂ ਲਾਓ ਸ਼ਿਫਟਾਂ 'ਚ ਇੰਡੀਆ ਤਾਂ ਲਓ ਨਜ਼ਾਰੇ ਥੈਂਕ ਯੂ ਸੋ ਮਚ ਬਾਕੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵਲੋਗ ਹੋਰ ਆਉਂਗੇ ਬਾਕੀ ਵਲੋਗ ਤਾਂ ਹੁਣ ਆ ਸਕਦੇ ਨੇ ਹੁਣ ਤਾਂ ਬਾਈ ਆਇਆ ਹੋਇਆ ਅਤੇ ਮੈਂ ਵੀ ਉਰੇ ਹੈਗਾ ਸੋ ਆਉਣਗੇ ਵਲੋਗ ਅਤੇ ਰਾਣਾ ਹੈਗਾ ਹੀ ਆਪਣਾ ਭਰਾ ਇੰਡੀਆ 'ਚ ਤੇ ਇਹਦੀ ਵੀ ਤਿਆਰੀ ਖਿੱਚ ਲੈ ਰਹੇ ਬਸ ਹੁਣ ਤੂੰ ਬੈਗ 'ਚ ਪਾ ਕੇ ਲੈ ਨਹੀਂ ਬੈਗ 'ਚ ਪੈਣਾ ਨੀ ਬੜਾ ਕਰਾ ਲੈ ਦੋ ਬੈਗ ਕਰਾ ਲੈ 80 ਕਿਲੋ ਵਾਲਾ ਕਰਾ ਕੇ ਲੈ ਕੇ ਜਾਣਾ ਆਪਾਂ ਨੇ ਬੈਗ ਸਹੀ ਗੱਲ ਤੇ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਤੇ ਜੋ ਕੁਛ ਕਹਿਣਾ ਹੋਵੇ ਬਈ ਲਾਸਟ 'ਚ ਨੈਕਸਟ ਜਦੋਂ ਨਾ ਵੇਟ ਕਰਨੀ ਪੈਣੀ ਹੈ ਇੰਨੀ ਛੇਤੀ ਥੋੜ੍ਹੀ ਦਊਂਗੇ ਰਿਵਿਊ ਥੋੜ੍ਹਾ ਸੀਕਰੇਟ ਵੀ ਰੱਖਣੀ ਚੀਜ਼ਾਂ ਮਤਲਬ ਕਿੱਦਾਂ ਨੈਕਸਟ ਵਲੌਗ ਜਿਹੜੇ ਆਉਂਗੇ ਨਾ ਹਾਂ ਨੈਕਸਟ ਵਲੌਗ ਤੁਹਾਨੂੰ ਉਹ ਵੀ ਅਸੀਂ ਸਰਪ੍ਰਾਈਜ਼ ਚਾਹੀਦਾ ਦੇਵਾਂਗੇ ਜਿਵੇਂ ਵੀ ਕੋਈ ਬਣਾਵਾਂਗੇ ਵਲੌਗ ਘੁੰਮਣ ਫਿਰਨ ਤੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਬਾਏ